ਸਾਡਾ ਅੱਜ ਅਸੀਂ ਨਗਰ ਕਕੜਾਲ ਦੇ ਵਿੱਚ ਖੜੇ ਆ ਜਿੱਥੇ ਪਿਛਲੀ 26 ਜਨਵਰੀ ਨੂੰ ਇੱਥੇ ਨਵਜੋਤ ਸਿੰਘ ਸਿੱਧੂ ਆਏ ਸੀਗੇ ਤੇ ਉਹਨਾਂ ਨੇ ਕਿਉਂਕਿ ਇਹ ਇੱਥੇ ਜੰਪਾਲ ਨੇ ਉਹ ਤੇ ਉਹਨਾਂ ਨੇ ਸਾਡੇ ਨਾਲ ਵਾਅਦਾ ਕਰਿਆ ਸੀ ਕਿਉਂਕਿ ਅਸੀਂ ਪਿੰਡ ਪੱਧਰ ਤੇ ਸਾਰਿਆਂ ਨੇ ਮੰਗ ਰੱਖੀ ਸੀ ਕਿ ਸਾਡੀ ਜਿਹੜੀ ਪਿੰਡ ਦੀ ਫਿਰਨੀ ਦਾ ਬਹੁਤ ਮਾੜਾ ਹਾਲ ਆ ਤੇ ਪਿੰਡ ਦੀ ਨਿਕਾਸੀ ਦਾ 3 ਟੋਬੇ ਨੇ ਕਿ ਇਹਨਾਂ ਦੀ ਨਿਕਾਸੀ ਦਾ ਕੋਈ ਸਹੀ ਪ੍ਰਬੰਧ ਕਰਿਆ ਜਾਵੇ ਤਾਂ ਉਹਨਾਂ ਨੇ ਸਾਡੀ ਇਸ ਮੰਗ ਨੂੰ ਮੰਨਦੇ ਹੋਏ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਸਾਡੇ ਕੈਪਟਨ ਅਮਰਿੰਦਰ ਸਿੰਘ ਜੀ ਪੰਜਾਬ ਮੁੱਖ ਮੰਤਰੀ ਸਾਹਿਬ ਤੇ ਮੇਰੇ ਬਹੁਤ ਹੀ ਸਤਿਕਾਰਯੋਗ ਅੰਕਲ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜਿਨ੍ਹਾਂ ਨੇ ਸਾਨੂੰ ਇਸ ਪਿੰਡ ਨੂੰ ਮਾਡਲ ਰੂਪ ਦੇ ਵਿੱਚ ਬਣਾਉਣ ਦੇ ਵਿੱਚ 1,63,68,000 ਰੁਪਏ ਦੀ ਜਿਹੜੀ ਗ੍ਰਾਂਟ ਸੈਕਸ਼ਨ ਕਰੀ ਆ ਜਿਹਦੇ 'ਚ ਸਾਰੇ ਪਿੰਡ ਦਾ ਸੀਵਰੇਜ ਸਾਰੇ ਪਿੰਡ ਦੀ ਫਿਰਨੀ ਪਾਰਕ ਯਾਨੀ ਕਿ ਇਹਨੂੰ ਮਾਡਲ ਰੂਪ ਤੇ ਤਿਆਰ ਕਰਾਂਗੇ ਸੀਚੇਵਾਲ ਦਾ ਜੋ ਸਾਡਾ ਮਾਡਲ ਆ ਉਸ ਤਰ੍ਹਾਂ ਅਸੀਂ ਜਿਹੜਾ ਪਾਣੀ ਨੂੰ ਪਿਓਰੀਫਾਈ ਕਰਕੇ ਇਸ ਪਿੰਡ ਨੂੰ ਸਹੀ ਢੰਗ ਨਾਲ ਕਿਉਂਕਿ ਸਭ ਤੋਂ ਨੇੜੇ ਪਿੰਡ ਜੇ ਧੂਰੀ ਸ਼ਹਿਰ ਦੇ ਆ ਤਾਂ ਕਕੜਾਲ ਪਿੰਡ ਆ ਕਾਫੀ ਲੰਬੇ ਸਮੇਂ ਤੋਂ ਜਿਹੜੀਆਂ ਇੱਥੇ ਇਹ ਜਿਹੜੀਆਂ ਮੰਗਾਂ ਸੀਗੀਆਂ ਇਹ ਚੱਲਦੀਆਂ ਆ ਰਹੀਆਂ ਸੀ ਤੇ ਮੈਨੂੰ ਬੜੀ ਖੁਸ਼ੀ ਆ ਕਿਉਂਕਿ ਅਸੀਂ ਸਾਰਿਆਂ ਨੇ ਸਾਰੇ ਪਿੰਡ ਦੇ ਮੋਹਤਵਾਰ ਸੱਜਣ ਮੇਰੇ ਨਾਲ ਖੜੇ ਨੇ ਕਿ ਅਸੀਂ ਆਪਦੇ ਜਿਹੜੇ ਇਸ ਪਿੰਡ ਨੂੰ ਇੱਕ ਮਾਡਲ ਰੂਪ ਦੇ ਵਿੱਚ ਬਣਾਉਣ ਦੇ ਵਿੱਚ ਕਾਮਯਾਬ ਹੋ ਰਹੇ ਹਾਂ ਅੱਜ ਅਸੀਂ ਗੁਰੂ ਮਹਾਰਾਜ ਦਾ ਓਟ ਆਸਰਾ ਲੈ ਕੇ ਜਿਹੜਾ ਇਹ ਕੰਮ ਸ਼ੁਰੂ ਕਰਿਆ ਤੇ ਉਮੀਦ ਕਰਦੇ ਹਾਂ ਕਿਉਂਕਿ ਇਹ ਪੰਜਾਬ ਦਾ ਸਭ ਤੋਂ ਪਹਿਲਾ ਪਿੰਡ ਹੈ ਸਰਕਾਰ ਦਾ ਇਹੋ ਜਿਹਾ ਹੋਣਾ ਜਿਹੜਾ ਮਾਡਲ ਰੂਪ ਦੇ ਵਿੱਚ ਬਣਨ ਜਾ ਰਿਹਾ ਜਿਹਦੇ ਤਕਰੀਬਨ 2.25 ਕਰੋੜ ਰੁਪਇਆ ਜਿਹੜਾ ਲੱਗਣਾ ਤੇ ਮੇਰੇ ਲਈ ਇਹ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਤੇ ਸਾਰੇ ਪਿੰਡ ਵਾਲੇ ਇਸ ਲਈ ਵਧਾਈ ਦੇ ਪਾਤਰ ਨੇ ਤੇ ਐਕਸੀਨ ਸਾਹਿਬ ਮੇਰੇ ਨਾਲ ਨੇ ਤੇ ਸਾਰੇ ਪਿੰਡ ਵਾਲੇ ਵੀ ਬਹੁਤ ਜੋਸ਼ ਆ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਇਹ ਕੰਮ ਜਿਹੜਾ ਰੁਕਿਆ ਪਿਆ ਸੀ ਕਿਹਨਾਂ ਦਾ ਕੰਮ ਜਿਹੜਾ ਹੋਰ ਰੁਕਿਆ ਪਿਆ ਉਹ ਆ ਬੇਨੜੇ ਤੋਂ ਕੱਕੜਾਲ ਦੇ ਥਰੂ ਜਹਾਂਗੀਰ ਕਹਿਰੋਂ ਨੂੰ ਨਿਕਲਦੀ ਸੜਕ ਜਿਹੜੀ ਐਤਕੀ ਵੀ ਅਸੀਂ ਨੇ ਮੇਰੇ ਵੱਲੋਂ ਕੋਸ਼ਿਸ਼ ਸੀਗੀ ਕਿ ਅਸੀਂ ਉਹਦਾ ਐਸਟੀਮੇਟ ਲਵਾ ਕੇ ਅਸੀਂ ਭੇਜਿਆ ਸੀ ਬਟ ਹਜੇ ਨਵੀਆਂ ਸੜਕਾਂ ਨੇ ਜਿਹੜੀਆਂ ਉਹ ਨਹੀਂ ਪੈ ਰਹੀਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਉਹ ਵੀ ਜਿਹੜੀ ਕਮੀ ਆ ਉਹ ਪੂਰੀ ਕਰ ਦਾਂਗੇ ਪਹਿਲੇ ਸਾਹਿਬ ਨੇ ਮਾਨਯੋਗ ਜੀ ਨੇ ਦੱਸਿਆ ਹੈਗਾ ਇਸ ਪਿੰਡ ਦਾ ਅਸੀਂ ਟੋਟਲ ਪ੍ਰੋਜੈਕਟ ਆ ਜਿਹੜਾ ਬਣਾਇਆ ਮਾਨਯੋਗ ਪਿੰਡ ਵਿਕਾਸ ਤੇ ਪੰਚਾਇਤ ਮੰਤਰੀ ਜੀ ਉਹਨਾਂ ਦੀ ਰਹਿਨਮਾਈ ਹੇਠ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ 163.68 ਲੱਖ ਦਾ ਬਣਾਇਆ ਜਿਹਦੇ ਵਿੱਚ ਇਸ ਪਿੰਡ ਦੇ ਇੱਕ ਨਾ 3 ਟੋਬੇ ਉਹਨਾਂ ਦਾ ਨਿਕਾਸ ਕਰਨਾ ਉਹਨਾਂ ਨੂੰ ਫਿਰ ਸੀਚੇਵਾਲ ਮਾਡਲ ਦੇ ਰਾਹੀਂ ਉਹਨਾਂ ਦੀ ਸਾਰੀ ਟ੍ਰੀਟਮੈਂਟ ਵਗੈਰਾ ਕਰਕੇ ਅਤੇ ਇਹਨਾਂ ਨੂੰ ਟੋਬਿਆਂ ਨੂੰ ਪੱਕੇ ਕਰਕੇ ਨਾਲ ਪਾਰਕਟ ਬਲਬ ਕਰਕੇ ਸਾਰਾ ਉਸ ਤਰੀਕੇ ਨਾਲ ਪੂਰਾ ਕਰਨਾ ਹੈਗਾ ਹਰੀਪੁਰ ਮਾਡਲ ਦੇ ਉੱਤੇ ਜੀ। ਕਿੰਨੇ ਕੁ ਟਾਈਮ ਦਾ ਇਹ ਪ੍ਰੋਜੈਕਟ ਹੈ? ਅਸੀਂ ਸਾਨੂੰ ਇਹਦੇ ਵਿੱਚੋਂ ਪਹਿਲੀ ਕਿਸ਼ਤ ਮੰਤਰੀ ਜੀ ਨੇ ਦਿੱਤੀ ਹੈ 54,75,000 ਦੀ ਜਿਹਦੇ ਨਾਲ ਮੈਨੂੰ ਪੂਰੀ ਉਮੀਦ ਹੈ ਕਿ ਪਹਿਲ ਦੇ ਆਧਾਰ 'ਤੇ ਪ੍ਰੋਜੈਕਟ ਨੂੰ ਇਸ ਹਿਸਾਬ ਨਾਲ ਪਲੈਨ ਕੀਤਾ। ਮੈਂ MLA ਸਾਹਿਬ ਜੀ ਨੂੰ ਵੀ ਦੱਸਿਆ ਸੀਗਾ ਵੀ ਇਹਦੇ ਨਾਲ ਸਾਡੇ ਪਹਿਲੀ ਕਿਸ਼ਤ ਦੇ ਨਾਲ ਸਾਡਾ ਅਸੀਂ ਪਿੰਡ ਦੇ 3 ਟੋਬਿਆਂ ਦਾ ਪਾਣੀ ਦਾ ਨਿਕਾਸ ਆਏ ਸੀ ਕਰਕੇ ਲੈ ਜਾਵਾਂਗੇ। ਸਾਰਾ ਉਹਦੇ ਵਿੱਚ ਹੀ ਅਸੀਂ ਪਾਣੀ ਦਾ ਟ੍ਰੀਟਮੈਂਟ ਦਾ ਵੀ ਕਰਾਂਗੇ ਪਰ ਇਹਨੂੰ ਜਿਹੜਾ ਪੱਕਿਆ ਕਰਨ ਦਾ ਜਾਂ ਪਾਰਕ ਡਿਵੈਲਪ ਕਰਨ ਦਾ ਉਹ ਸਾਡਾ ਉਸ ਤੋਂ ਬਾਅਦ ਵਾਲੇ ਅਗਲੇ ਕਿਸ਼ਤਾਂ ਦੇ ਨਾਲ ਅਸੀਂ ਕਰਾਂਗੇ। ਇਹ ਸਾਡਾ ਹੈਗਾ ਅਸੀਂ ਵੀ ਆਰ ਹੋਪਫੁਲ ਕਿ ਅਸੀਂ ਇਹਨੂੰ 3 ਮਹੀਨੇ ਦੇ ਵਿੱਚ ਹੀ ਸ਼ਾਇਦ ਅਸੀਂ ਇਹ ਪਹਿਲੇ ਜਿਹੜਾ ਸਾਡਾ ਪਾਰਟ ਹੈਗਾ ਉਹਨੂੰ ਅਸੀਂ ਕਵਰ ਕਰ ਲਾਂਗੇ। ਮਿਹਰਬਾਨੀ।